पंजाब में बढ़ रही महंगाई और पंजाब सरकार के झूठे वादों को लेकर महिलाओं द्वारा शिवसेना के बैनर तले बटाला में न केवल रोष मार्च निकाला बल्कि पंजाब में कैप्टन सरकार का पुतला जलाकर अपना रोष प्रकट किया। इस अवसर पर पंजाब सरकार की नीतियों और महंगाई से परेशान महिलाओं ने जमकर नारेबाजी भी की और रोष प्रदर्शन करते हुए कहा कि जब से पंजाब में कैप्टन की सरकार का कब्जा है तब से पंजाब में महंगाई बढ़ती जा रही है। उन्होंने कहा कि इस महंगाई के कारण आम घरों का बजट बिगड़ चुका है और नौजवान बेरोजगार घूमने के लिए मजबूर हैं। उन्होंने कहा कि कैप्टन सरकार ने सत्ता प्राप्त करने के लिए महंगाई पर लगाम लगाने और युवाओं को रोजगार देने व मोबाइल फोन देने जैसे बड़े बड़े वादे किए थे, लेकिन इस सरकार के 3 साल बीत जाने के बाद भी एक भी वादा पूरा नहीं हुआ। उन्होंने कहा कि हमें 2 रुपये किलो गेहूं का आटा और मुफ्त दाल नहीं चाहिए बल्कि हमारे बच्चों के लिए रोजगार चाहिए। साथ ही उन्होंने कहा कि जब केजरीवाल सरकार दिल्ली में मुफ्त बिजली, शिक्षा व सेहत सहूलतें दे सकती है तो पंजाब सरकार क्यों नहीं दे सकती। ਪਾਰਲਾਮਾ ਨੇ ਇਕੱਠੇ ਹੋ ਕੇ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ ਕਿਉਂਕਿ ਸਾਡੇ ਰਸੋਈ 'ਚ ਆਉਣ ਵਾਲਾ ਸਮਾਨ ਸਾਰੀ ਮਹਿੰਗਾਈ ਹੋ ਰਹੀ ਹੈ ਬਲਕਿ ਸਿਲੰਡਰ 910 ਰੁਪਏ ਹੋ ਗਿਆ ਹੈ ਔਰ ਗਰੀਬ ਤਬਕਾ ਹੀ ਹੈ ਜਿਹੜਾ ਸਾਡੇ ਨਾਲ ਤੁਰਦਾ ਵੈ ਇਹਨਾਂ ਨੂੰ ਖਾਣ ਦੇ ਵੀ ਲਾਲੇ ਪਏ ਆ ਕੈਪਟਨ ਸਰਕਾਰ ਨੇ ਬੜੇ ਬੜੇ ਵਾਅਦੇ ਕੀਤੇ ਸੀ ਮੈਂ ਘਰ ਘਰ ਨੌਕਰੀਆਂ ਦੇਵਾਂਗਾ ਮੈਂ ਮਤਲਬ ਕਿ ਤੁਹਾਡੇ ਕੋਈ ਬੇਰੁਜ਼ਗਾਰੀ ਹਟਾਵਾਂਗਾ ਮੈਂ ਤੁਹਾਡੇ ਮੁੰਡਿਆਂ ਨੂੰ ਮੋਬਾਈਲ ਦੇਵਾਂਗਾ ਪੜ੍ਹਾਈ ਫ੍ਰੀ ਕੁਛ ਨਹੀਂ ਹੋਇਆ ਬਾਕੀ ਮਹਿੰਗਾਈ ਸਾਨੂੰ ਨੂੰ ਚੋਰੀ ਜਾਂਦੀ ਹੈ ਸਾਡੇ ਪੰਜਾਬ 'ਚ ਸਰਕਾਰ ਕੈਪਟਨ ਸਰਕਾਰ ਹੈ ਇਹ ਕਾਰਨ ਕੁਛ ਨਾ ਕੁਛ ਜਿਹਦਾ ਕੇਜਰੀਵਾਲ ਨੇ ਦਿੱਲੀ ਵਿੱਚ ਕੀਤਾ ਵਾ ਕੇਂਦਰ ਸਰਕਾਰ ਜੋ ਵੀ ਹੋਏ ਦਿੱਲੀ ਵਿੱਚ ਕੇਜਰੀਵਾਲ ਨੇ ਹਰ ਸਹੂਲਤਾਂ ਦਿੱਤੀਆਂ ਵਾ ਬਿਜਲੀ ਦੇ ਬਿੱਲ ਮਾਫ਼ ਕੀਤੇ ਆ ਪਾਣੀ ਦੇ ਬਿੱਲ ਮਾਫ਼ ਕੀਤੇ ਆ ਮਹਿਲਾਵਾਂ ਨੂੰ ਫ੍ਰੀ ਕੀ ਕਹਿੰਦੇ ਦਿੱਤਾ ਵਾ ਸਫ਼ਰ ਕਰਨ ਵਾਸਤੇ ਬੱਸਾਂ ਕੈਪਟਨ ਸਰਕਾਰ ਨੇ ਸਾਡੇ ਵਾਸਤੇ ਕੀ ਸੋਚਿਆ ਅਸੀਂ ਤਾਂ ਉਹਨਾਂ ਨੂੰ ਆਪਣੀ ਸਰਕਾਰ ਮੰਨਿਆ ਸੀ ਨਾ ਘਰ ਘਰ ਸਾਨੂੰ ਮੋਬਾਈਲਾਂ ਦਾ ਝਾਂਸਾ ਦੇ ਕੇ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲਣਗੀਆਂ ਨਸ਼ੇ ਹਟਣਗੇ ਨਾ ਹੀ ਪੰਜਾਬ 'ਚੋਂ ਬੇਰੁਜ਼ਗਾਰੀ ਹਟੀ ਆ ਨਾ ਹੀ ਨਸ਼ੇ ਹਟੇ ਆ ਅਤੇ ਨਾ ਹੀ ਮਹਿੰਗਾਈ ਉਹ ਦੁੱਗਣੀ ਮਹਿੰਗਾਈ ਹੋ ਗਈ ਆ। ਬਟਾਲਾ ਸੇ ਜਸਵਿੰਦਰ ਬੇਦੀ, ਜੀਵੇ ਪੰਜਾਬ ਟੀਵੀ।